ਸਾਡੇ ਪਾਣੀ ਆਇਆ, ਸਾਡੇ ਪੱਲੇ ਕੱਖ ਨਹੀਂ ਰਿਹਾ, ਕਣਕੋਂ ਨਹੀਂ ਬੀਜੀ ਗਈ, ਝੋਨਾ ਮਰ ਗਿਆ, ਕਣਕੋਂ ਨਹੀਂ ਬੀਜੀ ਗਈ। ਮੁੜ ਕੇ ਸਾਨੂੰ ਇਹਨਾਂ ਨੇ ਬੀਜ ਦਿੱਤਾ, 10 ਕਿੱਲਿਆਂ ਦਾ ਬੀਜ ਦਿੱਤਾ, ਨਾਲ ਤੇਲ ਦਾ ਡਰੰਮ ਵੀ ਦਿੱਤਾ, ਅਤੇ ਅਸੀਂ 10 ਕਿੱਲੇ ਮੱਕੀ ਲਾਈ ਆ। ਚਲੋ ਹੁਣ ਹੋ ਗਈ ਆ, ਮਹਾਰਾਜ ਦੀ ਕਿਰਪਾ ਕਰਦੀ ਆ। ਅਤੇ ਅਸੀਂ 5 ਸਾਲ ਪਿੱਛੇ ਪੈ ਗਏ ਹਾਂ ਇਹ ਫਸਲ ਪਾਣੀ ਆਉਣ 'ਚ, 5 ਸਾਲ ਪਿੱਛੇ ਪੈ ਗਏ ਹਾਂ। ਸਾਡਾ ਤੁਸੀਂ ਕੋਟ ਕੋਟ ਤੁਹਾਡਾ ਧੰਨਵਾਦ ਆ, ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਜਿੰਨਾ ਤੁਸੀਂ ਸਾਡਾ ਕੀਤਾ। ਖਾਲਸਾ ਐਡ ਦਾ ਮੈਂ ਧੰਨਵਾਦ ਕਰਦਾ, ਧੰਨਵਾਦ ਕੋਟ ਕੋਟ ਧੰਨਵਾਦ ਕਰਦਾ ਮੇਰੇ ਵੀਰਾਂ ਦਾ, ਜਿਹੜੇ ਮੇਰੇ ਵੀਰ ਬਾਹਰ ਵੀ ਬੈਠੇ ਆ, ਜਿਹੜੇ ਇੱਥੇ ਬੈਠੇ ਸਾਡੀ ਸੇਵਾ ਕਰਨ ਡੇ ਆ। ਅਸੀਂ ਇਹਨਾਂ ਨੂੰ ਸਾਡੇ ਚਾਹ ਵੀ ਨਹੀਂ ਪੀਤੀ, ਸਾਡੇ ਖਾਪੇ ਨਾਲ ਗਰੀਬ ਵਿਚਾਰਿਆਂ ਨੇ ਸਾਡੀ ਸੇਵਾ ਹੀ ਕਰਦੇ ਆ। ਬਹੁਤ ਜ਼ਿਆਦਾ ਧੰਨਵਾਦ ਕਰਦਾ ਉਹਨਾਂ ਦਾ ਜਿਹੜਾ ਸਾਡਾ ਸਾਥ ਦਿੱਤਾ। ਸਾਡੀ ਮੱਕੀ ਬੀਜੀ ਗਈ, ਸਾਡੇ ਤੋਂ ਬੀਜੀ ਨਹੀਂ ਜਾਣੀ ਮੱਕੀ, ਰਹਿ ਜਾਣੀ ਇੱਦਾਂ ਹੀ, ਹੁਣ ਬੀਜੀ ਗਈ ਜੋ 4 ਪੈਸੇ ਆ ਜਾਣਗੇ, ਮਹਾਰਾਜ ਕਿਰਪਾ ਜੀ।